ਸ੍ਰੀਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਇਹ ਸ਼ੋਅ ਸਾਰੇ ਸਟੂਡੈਂਟਸ ਵਾਸਤੇ ਬੜਾ ਇੰਪੋਰਟੈਂਟ ਹੈ ਜਿਹੜੇ ਯੂਕੇ ਜਾਣ ਦੀ ਤਿਆਰੀ ਕਰ ਰਹੇ ਨੇ। ਗੱਲ ਕਰਾਂਗੇ ਯੂਕੇ ਦੇ ਮੇਨ ਇਨਟੇਕ ਦੀ। ਮੇਨ ਇਨਟੇਕ ਕਿਹਦੇ ਵਾਸਤੇ ਸੌਖਾ ਹੈ ਅਤੇ ਕਿਹਦੇ ਵਾਸਤੇ ਔਖਾ ਹੈ, ਖਾਸ ਕਰਕੇ ਉਹ ਸਟੂਡੈਂਟ ਜਿਨ੍ਹਾਂ ਦਾ 60% ਦੇ ਕਰੀਬ ਇੰਗਲਿਸ਼ ਦਾ ਸਕੋਰ ਸੀ, ਉਹਨਾਂ ਵਾਸਤੇ ਹੁਣ ਕੀ ਸਿਚੁਏਸ਼ਨ ਬਣੀ ਹੈ, ਕੀ ਕੁਛ ਚੇਂਜ ਆਇਆ। ਪਹਿਲਾਂ 70% ਡਿਮਾਂਡ ਕੀਤੀ ਜਾ ਰਹੀ ਸੀ ਯੂਕੇ ਵੱਲੋਂ। ਗੱਲਬਾਤ ਕਰਨ ਲਈ ਮੌਜੂਦ ਨੇ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ, ਸਵਾਗਤ। ਥੈਂਕ ਯੂ ਦੀਪਕ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੈਂ ਸਤਿ ਸ਼੍ਰੀ ਅਕਾਲ। ਕੰਵਰ ਸਾਹਿਬ, ਯੂਕੇ ਦਾ ਮੇਨ ਇਨਟੇਕ ਦੀ ਜੇ ਗੱਲ ਕਰੀਏ, ਕਿਸ ਤਰੀਕੇ ਦੇ ਚੈਲੰਜਸ ਨੇ ਜੇ ਸਟੂਡੈਂਟ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਕਿਹੜੇ ਸਟੂਡੈਂਟ ਵਾਸਤੇ ਅੱਜ ਦੀ ਡੇਟ 'ਚ ਸੌਖਾ, ਕਿਹਨਾਂ ਵਾਸਤੇ ਹੁਣ ਔਖਾ? ਦੇਖੋ, ਜਦੋਂ ਯੂਕੇ ਮੇ ਇਨਟੇਕ ਸਟਾਰਟ ਹੋਇਆ ਸੀ ਜੀ ਫੈਬਰਰੀ ਤੋਂ, ਉਦੋਂ ਲੱਗਦਾ ਸੀ ਕਿ ਬਹੁਤ ਔਖਾ ਹੋ ਗਿਆ, ਕਿਉਂਕਿ 70% ਇੰਗਲਿਸ਼ ਮੋਸਟਲੀ ਇੰਸਟੀਟਿਊਟਸ ਮੰਗਣ ਲੱਗ ਗਏ। ਸੋ ਆਹ ਕੰਡੀਸ਼ਨ ਇੱਕ ਰਾਈਜ਼ ਹੋ ਗਈ ਸੀ ਜਿਹਦੇ 'ਚ ਕਾਫੀ ਬੱਚੇ ਇਨਐਲੀਜੀਬਲ ਵੀ ਰਹੇ। ਪਿੱਛੇ ਜਿਹੜੇ ਮੈਂ ਸ਼ੋਅ ਕੀਤੇ ਉਹ ਸਾਰੇ 70% 'ਤੇ ਰਹੇ, ਬਿਕੋਜ਼ ਦੈਟ ਵਾਜ਼ ਅ ਕ੍ਰਾਈਟੀਰੀਆ ਵਿਦ ਮੋਸਟ ਆਫ ਦਾ ਯੂਨੀਵਰਸਿਟੀਜ਼। ਔਰ ਪਲੱਸ ਟੂ 'ਚ ਵੀ ਅਗਰ ਤੁਸੀਂ ਕਿਸੇ ਦੀ ਐਡ ਦੇਖੋਗੇ ਤਾਂ ਪਲੱਸ ਟੂ ਵਾਲੇ ਬੱਚਿਆਂ ਨੂੰ ਵੀ ਸਾਰੇ ਜਣੇ ਇਹੀ ਸੁਜੈਸਟ ਕਰ ਰਹੇ ਜੀ 17 ਜਾਂ 18 ਪਾਸ ਆਊਟ, ਉਸ ਤੋਂ ਪਿੱਛੇ ਕੋਈ ਆਪਸ਼ਨ ਨਹੀਂ। ਸੋ ਉਹ ਜਿਹੜਾ ਬੱਚਾ ਸੀ ਉਹ ਬਾਰ ਬਾਰ ਸਾਡੇ ਆਫਿਸ ਆ ਰਿਹਾ ਸੀ ਜਿਹੜਾ ਐਲੀਜੀਬਲ ਨਹੀਂ ਹੋ ਰਿਹਾ ਸੀ, ਔਰ ਉਹ ਆਪਸ਼ਨਸ ਲੱਭ ਰਿਹਾ ਸੀ ਡੈਸਪਰੇਟਲੀ। ਸੋ ਮੇ ਇਨਟੇਕ 'ਚ ਕੁਛ ਐਸੀਆਂ ਆਪਸ਼ਨਸ ਜ਼ਰੂਰ ਨਿਕਲ ਕੇ ਆਈਆਂ ਜਿਨ੍ਹਾਂ ਦੇ ਵਿੱਚ ਹੁਣ ਉਹ ਬੱਚਾ ਜਿਹਦੇ 70% ਇੰਗਲਿਸ਼ 'ਚ ਨਹੀਂ ਗਏ, 65% ਹੈ ਜਾਂ 60% ਹੈ, ਉਹ ਵੀ ਯੂਕੇ ਦੁਬਾਰਾ ਜਾ ਸਕਦਾ। ਦੇਰ ਆਰ ਯੂਨੀਵਰਸਿਟੀਜ਼ ਜਿਹੜੀਆਂ ਇੰਗਲਿਸ਼ ਕੋਰਸ ਦੇ ਨਾਲ ਤੁਹਾਨੂੰ ਲੈ ਰਹੀਆਂ ਨੇ ਸਕਸੈਸਫੁਲੀ ਵਿਦਆਊਟ ਐਨੀ ਇਸ਼ੂ, ਔਰ ਵਿਦਆਊਟ ਇੰਗਲਿਸ਼ ਕੋਰਸ ਵੀ ਕਈ ਯੂਨੀਵਰਸਿਟੀਜ਼ ਇੱਥੇ ਲੈ ਰਹੀਆਂ ਨੇ। ਪਲੱਸ ਟੂ ਵਾਲੇ ਬੱਚੇ ਜਿਨ੍ਹਾਂ ਦਾ ਜ਼ਿਆਦਾ ਗੈਪ ਹੈ 4 ਸਾਲ 5 ਸਾਲ ਦਾ, ਉਹਨਾਂ ਦੀ ਆਪਸ਼ਨਸ ਬਹੁਤ ਲਿਮਿਟਿਡ ਹੈ। ਓਨੈਸਟਲੀ ਮੈਂ ਪਹਿਲਾਂ ਹੀ ਕਹਿ ਦਿੰਦਾ ਲਿਮਿਟਿਡ ਹੈ, ਬਟ ਸਟਿਲ ਆਪਸ਼ਨਸ ਆਰ ਦੇਅਰ। ਸੈਂਟਰਲ ਲੰਡਨ 'ਚ ਹੈ, ਇਨਰ ਲੰਡਨ 'ਚ ਹੈ, ਥੋੜ੍ਹਾ ਜਿਹਾ ਮਹਿੰਗਾ ਆ ਬਟ ਬੈਨੀਫਿਟ ਉਹਦਾ ਹੈਗਾ ਹੈ। ਫਸਟ ਈਅਰ ਘੱਟੋ ਘੱਟ ਵੀ ਉੱਥੇ ਕਰ ਲਓਗੇ, ਅੱਜ ਵੀਜ਼ਾ ਲੈ ਲਓਗੇ, ਸੈਕਿੰਡ ਈਅਰ ਸਵਿੱਚ ਕਰਨਾ ਹੋਊਗਾ ਤੁਹਾਡੀ ਮਰਜ਼ੀ ਹੈ, ਬਟ ਵੇ ਹੈਗੇ ਹੈ, ਤਰੀਕਾ ਹੈਗਾ ਕਿ ਅੱਜ ਤੁਸੀਂ ਜਾ ਸਕਦੇ ਹੋ। ਖਰਚਾ ਥੋੜ੍ਹਾ ਉਹਦਾ ਵੱਧ ਪੈ ਸਕਦਾ ਕਿਉਂਕਿ ਸੈਂਟਰ ਲੰਡਨ ਦੀ ਯੂਨੀਵਰਸਿਟੀ ਹੈ, ਸੋ ਫੰਡ ਵੀ ਥੋੜ੍ਹੇ ਜ਼ਿਆਦਾ ਦਿਖਾਉਣੇ ਆ, ਫੀਸ ਦਾ ਵੀ ਥੋੜ੍ਹਾ ਜਿਹਾ ਫਰਕ ਹੋ ਸਕਦਾ 1,000 ਕੁ ਪਾਉਂਡ ਦਾ। ਸੋ ਉਹ ਇੱਕ ਕੋਸਟ ਪੈ ਸਕਦੀ ਹੈ, ਬਟ ਉਸ ਚੀਜ਼ ਦੇ ਅੰਦਰ ਤੁਸੀਂ ਸਕਸੈਸਫੁਲੀ ਜਾ ਸਕਦੇ ਹੋ ਬਿਨਾਂ ਕਿਸੇ ਇਸ਼ੂ ਤੋਂ। ਔਰ ਖਾਸ ਚੀਜ਼ ਇਹਦੇ ਵਿੱਚ ਜਿਹੜੀਆਂ ਹੈਗੀਆਂ ਜੀ, ਮੇ ਇਨਟੇਕ ਦੀ ਜਿਹੜੀ ਆਫਰ ਲੈਟਰ ਦੀ ਸਪੀਡ ਹੈ ਔਰ ਜਿਹੜੀ ਕਾਸ ਦੀ ਸਪੀਡ ਹੈ ਉਹ ਬਹੁਤ ਅੱਛੀ ਹੈ। ਸੋ ਬੜੇ ਟਾਈਮ ਨਾਲ ਆਫਰ ਲੈਟਰਸ ਔਰ ਕਾਸ ਇਸ਼ੂ ਹੋ ਰਹੇ ਆ, ਬਹੁਤ ਫਰੈਂਡਲੀ ਚੱਲ ਰਿਹਾ। ਔਰ ਜਿਹੜੇ ਬੱਚੇ ਕਿਤੇ ਵੀ 60% ਦਾ ਕ੍ਰਾਈਟੀਰੀਆ ਜਾਂ 65% ਦਾ ਕ੍ਰਾਈਟੀਰੀਆ ਜਾਂ 70% ਪਲੱਸ ਟੂ ਦਾ ਕ੍ਰਾਈਟੀਰੀਆ ਨਹੀਂ ਮੈਚ ਕਰ ਰਹੇ, ਉਹਨਾਂ ਨੂੰ ਮੈਂ ਦੱਸ ਦਿੰਦਾ ਹਜੇ ਵੀ, ਕਿਉਂਕਿ ਹੁਣੇ ਵੀ ਇੱਕ ਬੱਚਾ ਮੇਰੇ ਨਾਲ ਵਟਸਐਪ 'ਤੇ ਮੈਸੇਜ ਕਰ ਰਿਹਾ ਸੀਗਾ, ਉਹਨੂੰ ਮੈਂ ਕਿਹਾ ਅਬ ਯੂਕੇ ਵੀ ਆਈ ਆਇਲਸ ਕਰ ਲਾ, ਉਹ ਕਹਿੰਦਾ ਯੂਕੇ ਵੀ ਆਈ ਆਇਲਸ ਕੀ ਹੁੰਦੀ ਹੈ। ਸੋ ਯੂਕੇ ਵੀ ਆਈ ਆਇਲਸ ਕੀ ਹੁੰਦੀ ਹੈ ਉਹਦੇ ਬਾਰੇ ਮੈਂ ਥੋੜ੍ਹਾ ਦੁਬਾਰਾ ਚਾਨਣਾ ਪਾ ਦਿੰਦਾ ਕਿ ਯੂਕੇ ਵੀ ਆਇਲਸ ਜਿੱਦਾਂ ਆਪਾਂ IDP ਆਇਲਸ ਦਿੰਦਾ ਬੱਚਾ ਜਾਂ ਬ੍ਰਿਟਿਸ਼ ਕਾਊਂਸਲ ਦਾ ਆਇਲਸ ਦਾ ਐਗਜ਼ਾਮ ਦਿੰਦਾ, ਇਸੇ ਤਰੀਕੇ ਨਾਲ ਯੂਕੇ ਵੀ ਆਈ ਇੱਕ ਆਈਲਟਸ ਦਾ ਐਗਜ਼ਾਮ ਹੁੰਦਾ ਜਿਹੜਾ ਜਲੰਧਰ ਔਰ ਚੰਡੀਗੜ੍ਹ 'ਚ ਹੁੰਦਾ ਹੈ ਪੰਜਾਬ ਦੇ ਵਿੱਚ। ਉਸ ਐਗਜ਼ਾਮ ਦਾ ਫਾਇਦਾ ਆਇਆ ਕਿ ਯੂਕੇ ਜਾਣ ਵਾਲੇ ਬੱਚਿਆਂ ਨੂੰ, ਖਾਸ ਕਰਕੇ ਸੇਮ ਕੋਚਿੰਗ ਆ ਕਿਸੇ ਵੀ ਸੈਂਟਰ ਤੋਂ ਲਵੋ, ਜਸਟ ਐਗਜ਼ਾਮ ਬੁੱਕ ਕਰਨ ਲੱਗੇ ਤੁਸੀਂ ਧਿਆਨ ਰੱਖਣਾ। ਔਰ ਉਹ ਐਗਜ਼ਾਮ ਦੇ ਵਿੱਚ ਅਗਰ ਤੁਹਾਡੇ 5.5 ਬੈਂਡ ਵੀ ਓਵਰਆਲ ਆਉਂਦੇ ਆ ਤਾਂ ਵੀ ਤੁਹਾਨੂੰ ਹਰ ਯੂਨੀਵਰਸਿਟੀ, ਆਲਮੋਸਟ ਐਵਰੀ ਯੂਨੀਵਰਸਿਟੀ ਅਕਸੈਪਟ ਕਰ ਲਊਗੀ। ਅਗਰ 5.5 ਤੋਂ ਘੱਟ ਹੋਊਗੇ ਓਵਰਆਲ ਤਾਂ ਹੋ ਸਕਦਾ ਤੁਹਾਨੂੰ ਇੰਗਲਿਸ਼ ਦਾ ਕੋਰਸ ਲੱਗ ਜਾਏ, ESL ਪ੍ਰੋਗਰਾਮ ਲੱਗ ਜਾਏ, ਬਟ 5.5 ਨਾਲ ਅਕਸੈਪਟ ਹੋ ਜਾਓਗੇ। ਉਹਦੇ ਇਲਾਵਾ ਜੇ ਤੁਸੀਂ IDP ਔਰ ਬ੍ਰਿਟਿਸ਼ ਕਾਊਂਸਲ ਦਾ ਆਇਲਸ ਕੀਤਾ ਤਾਂ ਉਹ ਆਇਲਸ ਤੁਹਾਨੂੰ 6 ਓਵਰਆਲ ਵਿਦ 5.5 ਈਚ ਮਾਡਿਊਲ ਚਾਹੀਦਾ ਹੋਊਗਾ। ਸੋ ਥੋੜ੍ਹਾ ਰਿਲੈਕਸਡ ਹੈ ਯੂਕੇ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ UKVI ਦਾ ਆਇਲਟਸ ਕੀਤਾ ਹੋਇਆ। ਸੋ ਜਿਨ੍ਹਾਂ ਨੇ ਨਹੀਂ ਕੀਤਾ ਔਰ ਜਿਨ੍ਹਾਂ ਦਾ ਇੰਗਲਿਸ਼ ਸਕੋਰ 60-70% ਦੇ ਵਿੱਚ ਨਹੀਂ ਗਾ, ਉਹਨਾਂ ਨੂੰ ਮੇਰੀ ਪਰਸਨਲ ਐਡਵਾਈਜ਼ ਹੈ ਕਿ ਉਹ ਮੇ ਇਨਟੇਕ ਤਾਂ ਮੈਨੂੰ ਸ਼ੋਰ ਨਹੀਂ ਗਾ ਉਹ ਜੁਆਇਨ ਕਰ ਸਕਣ ਜਾਂ ਨਾ ਜੁਆਇਨ ਕਰ ਸਕਣ, ਬਟ ਸੈਪਟੈਂਬਰ ਇਨਟੇਕ ਮਿਸ ਨਾ ਕਰਨ। ਸੋ ਬੈਟਰ ਹੈ ਕਿ ਤੁਸੀਂ ਟਾਈਮ ਨਾਲ ਆਪਣਾ ਆਇਲ ਸੈਂਟਰ ਜੁਆਇਨ ਕਰ ਲਓ। ਬ੍ਰੌਡਵੇ ਦੇ ਜੁਆਇਨ ਕਰਨੇ ਆ ਤੁਸੀਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਸ਼੍ਰੀ ਗੰਗਾਨਗਰ, ਇਹਨਾਂ ਜਗ੍ਹਾ 'ਤੇ ਜਾ ਕੇ ਜੁਆਇਨ ਕਰ ਸਕਦੇ ਹੋ। ਤੁਸੀਂ ਆਪਣਾ ਕੋਈ ਵੀ ਨਜ਼ਦੀਕ ਵਾਲਾ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਔਰ ਆਪਣਾ ਜਿਹੜਾ ਕੋਰਸ ਹੈ, ਆਪਣਾ ਆਇਲਸ ਹੈ, ਉਹਨੂੰ ਟਾਈਮ ਸਿਰ ਅਚੀਵ ਕਰ ਲਓ ਤਾਂ ਕਿ ਜਿਹੜਾ ਸਪਟੈਂਬਰ ਇਨਟੇਕ ਹੈ ਉਹ ਘੱਟੋ ਘੱਟ ਤੁਹਾਡੀ ਪਕੜ 'ਚ ਰਹੇਗੀ ਅਗਰ ਕਿਸੇ ਵੀ ਸਿਨਾਰੀਓ 'ਚ ਮੇ ਇਨਟੇਕ ਤੁਹਾਡੇ ਤੋਂ ਮਿਸ ਹੋ ਰਿਹਾ। ਮੇ ਇਨਟੇਕ ਬਹੁਤ ਵੱਡੀਆਂ ਆਪਸ਼ਨਸ ਆਪਣੀ ਜਗ੍ਹਾ 'ਤੇ ਲੈ ਕੇ ਆਇਆ, ਬਹੁਤ ਸਾਰੇ ਮਾਸਟਰਸ ਲਈ ਪ੍ਰੋਗਰਾਮ ਹੈ। ਈਵਨ 50% ਜਿਹੜੇ ਬੱਚਿਆਂ ਦੇ ਸੀਗੇ ਅੱਗੇ ਜਿਹੜੇ ਗ੍ਰੈਜੂਏਟ ਹੈ, ਕਿਉਂਕਿ ਪਰਸੈਂਟੇਜ ਨੂੰ ਕੋਈ ਇੰਪਰੂਵ ਨਹੀਂ ਕਰ ਸਕਦਾ, ਆਇਲਸ ਨੂੰ ਤਾਂ ਬੰਦਾ ਦੂਜੀ ਤੀਜੀ ਵਾਰੀ ਕੋਸ਼ਿਸ਼ ਕਰ ਲੈਂਦਾ। ਸੋ 50% ਔਰ 45% ਵਾਲੇ ਜਿਹੜੇ ਗ੍ਰੈਜੂਏਟਸ ਨੇ
ਉਹਨਾਂ ਲਈ ਆਪਸ਼ਨ ਨਹੀਂ ਸੀ ਸੋ ਵੀ ਹੈਵਿੰਗ ਅ ਆਪਸ਼ਨਸ ਫੋਰ ਦੈਮ ਜਿਹਦੇ ਵਿੱਚ ਉਹਨਾਂ ਨੂੰ ਪ੍ਰੀ ਮਾਸਟਰਸ ਪ੍ਰੋਗਰਾਮ ਲੱਗੂਗਾ ਔਰ ਇੱਕ ਯੂਨੀਵਰਸਿਟੀ ਦੇ ਵਿੱਚ ਜਿਹੜੇ 50% ਵਾਲੇ ਬੱਚੇ ਆ ਉਹਨਾਂ ਦਾ ਪ੍ਰੀ ਮਾਸਟਰ ਇਜ਼ ਓਨਲੀ ਆਫ 3 ਮੰਥ ਜਿਹਦੀ ਫੀਸ ਹਾਰਡਲੀ ਲਾਈਕ ਸਕਾਲਰਸ਼ਿਪ ਤੋਂ ਬਾਅਦ ਅਰਾਊਂਡ £2,000 ਐਕਸਟਰਾ ਫੀਸ ਜਾਂਦੀ ਹੈ ਬਟ ਉਹ ਜੂਨ 'ਚ ਕਲਾਸਾਂ ਵੀ ਸਟਾਰਟ ਹੋ ਜਾਣਗੀਆਂ ਅਗਲੀ ਸਪਟੈਂਬਰ 'ਚ ਮਾਸਟਰ ਉਹਦੀ ਫਿਨਿਸ਼ ਵੀ ਹੋ ਜਾਏਗੀ ਔਰ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਉਹ ਆਪਣੀ ਪ੍ਰੀ ਮਾਸਟਰ ਕਰੂਗਾ ਸਪਟੈਂਬਰ ਤੋਂ ਉਹਦਾ ਮੇਨ ਕੋਰਸ ਸਟਾਰਟ ਹੋ ਜੂਗਾ ਸੋ ਇਟਸ ਅ ਵੈਰੀ ਵਿਨ ਵਿਨ ਸਿਚੁਏਸ਼ਨ ਮੇ ਇਨਟੇਕ ਦੇ ਲਈ ਆਹ ਆਪਸ਼ਨ ਤੁਹਾਨੂੰ ਸ਼ਾਇਦ ਸਪਟੈਂਬਰ ਇਨਟੇਕ 'ਚ ਨਾ ਮਿਲੇ ਕਿਉਂਕਿ ਉੱਥੇ ਸਿਰਫ ਮੇਨ ਕੋਰਸ ਸਟਾਰਟ ਹੋਣੇ ਆ ਉੱਥੇ ਪ੍ਰੀ ਮਾਸਟਰ ESL ਪ੍ਰੋਗਰਾਮ ਸਟਾਰਟ ਨਹੀਂ ਹੋਣੇ ਪ੍ਰੀ ਮਾਸਟਰ ESL ਹੁਣ ਵਾਲੇ ਇਨਟੇਕ 'ਚ ਲੱਗਣੀਆਂ ਨੇ ਮੇ ਦੇ ਵਿੱਚ ਜੂਨ ਦੇ ਵਿੱਚ ਸੋ ਜਿਹੜੇ ਘੱਟ ਐਲੀਜੀਬਲ ਨੇ ਜਾਂ ਜਿਹਨਾਂ ਨੂੰ ਆਪਣੇ ਪ੍ਰੋਫਾਈਲ 'ਤੇ ਡਾਊਟ ਹੈ ਉਹਨਾਂ ਨੂੰ ਮੇਰੀ ਆ ਜ਼ਰੂਰ ਰਿਕੁਐਸਟ ਰਹੂਗੀ ਕਿ ਆਪਣੀਆਂ ਐਪਲੀਕੇਸ਼ਨਸ ਨੂੰ ਟਾਈਮ ਸਿਰ ਆਪਣੇ ਕੰਸਲਟੈਂਟਸ ਨਾਲ ਮਿਲ ਕੇ ਪ੍ਰੋਸੀਡ ਕਰਨਾ ਸ਼ੁਰੂ ਕਰ ਦਿਓ ਸਪਟੈਂਬਰ ਨੂੰ ਲੈ ਕੇ ਕੀ ਆਪਸ਼ਨ ਰਹਿਣਗੀਆਂ ਕਿੱਦਾਂ ਦੀਆਂ ਰਹਿਣਗੀਆਂ ਉਹਦੇ ਲਈ ਇੱਕ ਜਲਦੀ ਸ਼ੋ ਐਸੇ ਚੈਨਲ ਦੇ ਉੱਤੇ ਲਾਂਚ ਹੋਊਗਾ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਜਿਹੜੀ ਮੇਰੀ ਕੋਸ਼ਿਸ਼ ਰਹਿੰਦੀ ਹੈ ਬੱਚਿਆਂ ਨੂੰ ਦੇਣ ਦੀ ਉਹ ਦਿੰਦੇ ਰਹੀਏ ਔਰ ਲਾਈਵ ਸ਼ੋ ਵੀ ਮੈਂ 3 ਵਾਰੀ ਲਾਈਵ ਵੀ ਕਰਦਾ ਵੀਕ 'ਚ ਇਸ ਚੈਨਲ 'ਤੇ ਸੋ ਤੁਸੀਂ ਉੱਤੇ ਵੀ ਲਾਈਵ ਡਿਸਕਸ਼ਨ 'ਚ ਵੀ ਕਰ ਸਕਦੇ ਹੋ ਸਾਹਿਬ ਜਿਹੜੀ ਪਰਸੈਂਟੇਜ ਦੀ ਗੱਲ ਤੁਸੀਂ ਕਹੀ 70 ਸੀ ਪਹਿਲਾਂ 60 ਹੋ ਗਿਆ ਉਹਦੇ ਬਾਰੇ ਮੈਂ ਜ਼ਰੂਰ ਸਟੂਡੈਂਟਸ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹ ਇਨਫੋਰਮੇਸ਼ਨ ਜ਼ਰੂਰ ਦਿਓ ਕਿਉਂਕਿ ਹੋ ਸਕਦਾ ਬਹੁਤ ਸਾਰੇ ਸਟੂਡੈਂਟਸ ਡੈਫੀਨੇਟਲੀ ਜਿਹੜਾ ਸ਼ੋ ਹੈ ਮੇ ਇਨਟੇਕ ਨੂੰ ਲੈ ਕੇ ਵੀ ਔਰ ਸਪਟੈਂਬਰ ਇਨਟੇਕ ਨੂੰ ਲੈ ਕੇ ਵੀ ਮੈਂ ਪਰਸਨਲੀ ਤੁਹਾਨੂੰ ਕਹੂੰਗਾ ਮੈਂ ਕਦੀ ਵੀ ਮੇਰੇ ਪਿਛਲੇ ਸ਼ੋਅ ਦੇਖੋਗੇ ਮੈਂ ਕਦੀ ਨਹੀਂ ਕਿਹਾ ਹੋਏਗਾ ਸ਼ੋਅ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਜਿਹਦੀ ਜੋ ਇੱਛਾ ਹੈ ਉਹ ਕਰ ਸਕਦਾ ਬਟ ਜਦੋਂ ਬੱਚੇ ਇੱਦਾਂ ਆਉਂਦੇ ਆ ਔਰ ਜਿਹੜੇ ਕਈ ਵਾਰੀ ਮਿਸ ਕਰ ਜਾਂਦੇ ਆ ਅਪਰਚੁਨਿਟੀ ਔਰ ਸ਼ੋਅ ਤੁਸੀਂ ਦੇਖਿਆ ਹੁੰਦਾ ਜਿਹਨੇ ਦੇਖਣਾ ਹੁੰਦਾ ਉਹਦੇ ਤੱਕ ਪਹੁੰਚਿਆ ਨਹੀਂ ਹੁੰਦਾ ਸੋ ਮੇਰੀ ਤੁਹਾਨੂੰ ਐਡਵਾਈਸ ਆ ਆਪਣੇ ਕਿਸੇ ਵੀ ਦੋਸਤ ਮਿੱਤਰ ਨੂੰ ਜਿਹੜਾ ਇੱਦਾਂ ਦੀ ਸਿਚੁਏਸ਼ਨ 'ਚ ਹੈਗਾ ਉਹਨੂੰ ਕਾਇੰਡਲੀ ਸ਼ੋਅ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਦੈਟ ਹੀ ਸ਼ੁੱਡ ਨੋ ਕਿ ਕੀ ਮੌਕੇ ਉਹਦੇ ਲਈ ਹਜੇ ਹੈਗੇ ਕਿਉਂਕਿ ਇਹ ਵੱਡਾ ਅਪਡੇਟ ਆ ਬਹੁਤ ਸਾਰੇ ਸਟੂਡੈਂਟਸ ਆਪਣੇ ਆਪ ਨੂੰ ਫਿਲਟਰਡ ਆਊਟ ਸਮਝਦੇ ਹੋਣੇ ਆ ਕਿ ਸਾਡਾ 70% 60 ਦੇ ਕਰੀਬ ਨਹੀਂ ਆ ਰਿਹਾ ਤੇ ਅਸੀਂ ਸ਼ਾਇਦ ਫਿਲਟਰ ਆਊਟ ਹੋ ਗਏ ਤੇ ਹੋਰ ਆਪਸ਼ਨਸ ਲੱਭ ਰਹੇ ਹੋਣਗੇ ਦੂਸਰੀ ਗੱਲ ਸਟੂਡੈਂਟਸ ਨੂੰ ਮੈਂ ਇੱਕ ਹੋਰ ਜ਼ਰੂਰ ਕਹਿਣਾ ਚਾਹਾਂਗਾ ਕਿ UK ਵਾਸਤੇ ਜਿਵੇਂ ਕਿ ਗਵਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਐਕਸਪਰਟ ਇੱਕ ਕਾਉਂਸਲਰ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਜਿਹਨੂੰ ਕਿ ਕਾਫੀ ਚੰਗਾ ਆਪਾਂ ਦੂਸਰੇ ਸ਼ੋਅ 'ਚ ਇਸ ਚੀਜ਼ ਦੀ ਗੱਲ ਕਰ ਰਹੇ ਸੀ ਕਿ UK ਬਿਲਕੁਲ ਜਿਹਨੇ ਜਾਣਾ ਹੈ ਜੀ ਉਹ ਆਪਣਾ ਕੰਸਲਟੈਂਟ ਉਹ ਲੱਭੇ ਜਿਹਨੇ ਅੱਜ ਤੋਂ 7-8 ਸਾਲ ਪਹਿਲਾਂ UK ਕੰਮ ਕੀਤਾ ਵੀਜ਼ਾ ਕੋਈ ਵੀ ਲਵਾ ਦੂਗਾ ਮੈਂ ਨਹੀਂ ਕਹਿੰਦਾ ਨਵਾਂ ਵੀਜ਼ਾ ਨਹੀਂ ਲਵਾ ਸਕਦਾ ਵੀਜ਼ਾ ਲਵਾ ਦੂਗਾ ਜੀ ਬਟ ਬੈਸਟ ਆਪਸ਼ਨ ਚੀਪ ਯੂਨੀਵਰਸਿਟੀ ਦਾ ਆਪਸ਼ਨ ਰਿਲੈਕਸੇਸ਼ਨ ਇਨ ਕੇਸ ਆਫ ਰਿਕਰੂਟਮੈਂਟ ਕਿ ਕਿੱਥੇ ਕਿਹੜਾ ਕਿੰਨਾ ਆਈਲੈਟਸ ਨਾਲ ਚੱਲਣਾ ਉਹ ਜਿੰਨਾ ਵਧੀਆ ਤੁਹਾਨੂੰ ਇੱਕ ਪੁਰਾਣਾ ਕੰਸਲਟੈਂਟ ਜਿਹਨੇ ਆਲਰੇਡੀ UK 'ਚ ਕੰਮ ਕੀਤਾ ਉਹ ਦੱਸ ਸਕਦਾ ਉਹਨਾਂ ਨਵੇਂ ਵਾਲੇ ਨੂੰ ਐਕਸਪੋਜ਼ਰ ਉਹਦੇ ਬਾਰੇ ਨਹੀਂ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਸਮਝੋ ਔਰ ਹੋ ਸਕੇ ਤਾਂ ਫੋਲੋ ਵੀ ਕਰੋ ਔਰ ਰੈਸਟ ਤੁਸੀਂ ਆਪ ਇੰਟੈਲੀਜੈਂਟ ਹੋ ਮੇਕ ਯੋਰ ਓਨ ਡਿਸੀਜਨਸ ਔਰ ਸ਼ੋਅ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਇੰਟੈਲੀਜੈਂਟ ਨਹੀਂ ਹੈ ਐਟਲੀਸਟ ਉਹਦੇ ਤੱਕ ਵੀ ਪਹੁੰਚੇ ਔਰ ਉਹਨੂੰ ਵੀ ਪਤਾ ਲੱਗੇ ਕਿ ਉਹਦੇ ਲਈ ਕੀ ਮੌਕੇ ਅਵੇਲੇਬਲ ਹੈ ਸੋ ਅੱਜ ਦੇ ਲਈ ਸਤਿ ਸ਼੍ਰੀ ਅਕਾਲ